ਕਿਸਾਨ ਵੀਰੋ ਆਪਾਂ ਦੂਜੀ ਰੇ ਮੋੜਤੀ ਅੱਜ ਤੇ ਆਹ ਦੇਖੋ ਵੀ ਇੱਕ ਰੇ ਦੇ ਨਾਲ ਦੱਸਿਓ ਕਮੈਂਟ ਕਰਕੇ ਵੀ ਝੋਨੇ ਦੀ ਗ੍ਰੋਥ ਕਿਸ ਤਰ੍ਹਾਂ ਦੀ ਆ ਇਹਦੇ 'ਚ ਆਪਾਂ ਪਹਿਲਾਂ 1 ਗੱਟਾ ਯੂਰੀਆ ਦਾ ਪਾਇਆ ਸੀਗਾ ਤੇ 1 ਗੱਟਾ ਸੋਫਰ ਦਾ ਪਾਇਆ ਸੀਗਾ ਤੇ ਇਹ 14 ਤਰੀਕ ਦਾ ਆਪਣਾ ਜਿਹੜਾ ਝੋਨਾ ਲੱਗਿਆ ਵਾ ਡੋਗਰ ਪੂਸਾ ਵੈਰਾਈਟੀ ਆ ਇਹਦੀ ਤੇ ਅੱਜ ਆਪਾਂ ਦੂਜੀ ਰੇ ਦੇ ਵਿੱਚ 1 ਗੱਟਾ ਯੂਰੀਆ ਦਾ ਤੇ ਅੱਧਾ ਕਿਲੋ 1263 ਪਾਇਆ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਆ ਨਾ 4 ਕਿੱਲਿਆਂ ਤੇ 1 ਲੀਟਰ ਜਿਹੜਾ ਲੈਂਵੜਾ ਦਾ ਪਾਵਾਂਗੇ ਮਤਲਬ 250 ਐਮਐਲ ਕਿੱਲੇ ਦੀ ਤੇ ਉਸ ਤੋਂ ਬਾਅਦ ਤੀਜਾ ਗੱਟਾ ਜਿਹੜਾ ਯੂਰੀਆ ਦਾ ਉਹ ਕੱਲਾ ਪਾਵਾਂਗੇ ਤੇ ਦੱਸੋ ਕਮੈਂਟ ਕਰਕੇ ਵੀ ਝੋਨੇ ਦੀ ਜਿਹੜੀ ਇੱਕ ਗੱਟੇ ਨਾਲ ਗਰੋਥ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਤੇ ਤੇ ਆਹ ਝੋਨਾ ਆਪਣਾ ਕਿਸਾਨ ਵੀਰੋ ਲਗਾਇਆ ਵਾ 18 ਤਰੀਕ ਦਾ ਇਹਦੇ ਵਿੱਚ ਵੀ ਉਸੇ ਤਰ੍ਹਾਂ ਜਿਵੇਂ 1 ਗੱਟਾ ਯੂਰੀਆ ਦਾ ਤੇ 1 ਗੱਟਾ ਸਫਰ ਦਾ ਪਾਇਆ ਵਾ ਤੇ 5-6 ਦਿਨ ਹੋ ਗਏ ਰੇ ਪਾਈ ਨੂੰ ਤੇ ਹੁਣ ਇੱਕ ਵਾਰੀ ਇਹਦਾ ਸਾਰਾ ਪਾਣੀ ਜਿਹੜਾ ਬੰਦ ਕਰਿਆ ਵਾ ਪੂਰਾ ਇੱਕ ਵਾਰੀ ਜਮਾ ਸੁਕਾ ਕੇ ਜਦੋਂ ਆ ਜਾਲਾ ਜ ਸਾਰਾ ਪਾਟ ਗਿਆ ਆਪਸ ਵਿੱਚ ਤੇ ਫਿਰ ਇਹਨੂੰ ਆਪਾਂ ਜਿਹੜਾ ਪਾਣੀ ਸਟਾਰਟ ਕਰਾਂਗੇ ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਜਿਹੜੀ ਦੂਜੀ ਰੇਹ ਦੀ ਆਪਾਂ ਪਾਵਾਂਗੇ ਤੇ ਦੂਜੀ ਰੇਹ ਦੇ ਵਿੱਚ ਆਪਾਂ ਜਿੱਦਾਂ ਪਹਿਲਾਂ ਦੱਸਿਆ ਨਾ ਹਰ ਸਾਲ ਦੀ ਤਰ੍ਹਾਂ ਹੀ ਇੱਕ ਗੱਟਾ ਯੂਰੀਆ ਦਾ ਤੇ ਇੱਕ ਗੱਟਾ ਇੱਕ ਗੱਟਾ ਯੂਰੀਆ ਦਾ ਤੇ ਅੱਧਾ ਕਿਲੋ ਵਿੱਚ 12 ਤਰੇਟ ਪਾਉਣੇ ਹੁੰਦੇ ਆ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ 250 ml ਕਿੱਲੇ ਦੀ ਲੈਂਬੜਾ ਜਿੱਦਾਂ ਆਪਾਂ ਰੈਫਟ ਪਾਉਨੇ ਆ ਘਾਲੀ ਦਵਾਈ ਪਾਉਨੇ ਆ ਨਾ ਤਾਂ ਉਸ ਤਰੀਕੇ ਨਾਲ 250 ml ਲੈਂਬੜਾ ਪਾਉਨੇ ਆ ਤੇ ਫਿਰ ਤੀਜਾ ਗੱਟਾ ਜਿਹੜਾ ਯੂਰੀਆ ਦਾ ਪਾਉਨੇ ਆ ਤਿੰਨ ਗੱਟੇ ਯੂਰੀਆ ਤੇ ਪਾਉਨੇ ਹੁੰਦੇ ਆ ਤੇ ਉਸ ਤੋਂ ਬਾਅਦ ਇੱਕ ਵਾਰੀ 8 ਕਿਲੋ ਪਦਾਨ ਕਿੱਲੇ ਦੇ ਹਿਸਾਬ ਨਾਲ ਤੇ ਦੋ ਪੂਰੀਆਂ ਚੰਗੀਆਂ ਸਪਰੇਆਂ ਕਰਦੇ ਆ ਕਈ ਆਪਣੇ ਕਿਸਾਨ ਭਰਾ ਕਹਿੰਦੇ ਹੁੰਦੇ ਵੀ ਡੋਗਰ ਪੂਸੇ ਨੂੰ ਜਿਹੜੀ ਜ਼ਿਆਦਾ ਬਿਮਾਰੀ ਪੈਂਦੀ ਆ ਪਰ ਆਪਣਾ ਬਾਈ ਤਕਰੀਬਨ ਆ 6-7 ਸਾਲ ਤੋਂ ਜਿਹੜਾ ਆਪਾਂ ਕਹਿ ਲਈਏ ਵੀ ਇਹੀ ਪ੍ਰੋਸੈਸ ਚੱਲਦਾ ਆ ਰਿਹਾ ਹੈ ਨਾ ਤੇ ਡੋਗਰਪੂਸਾ ਹੀ ਆਪਾਂ ਹਰ ਸਾਲ ਲਾਉਨੇ ਆ ਤੇ ਪੂਰਾ ਵਧੀਆ ਝਾੜ ਰੈਂਦਾ ਬਾਕੀ ਆਪਣੇ ਮੋਗੇ ਤੇ ਪਾਣੀ ਨੂੰ ਜਿਹੜਾ ਡੋਗਰਪੂਸਾ ਬਹੁਤ ਜ਼ਿਆਦਾ ਮੰਨਦਾ ਤੇ ਤਾਂ ਕਰਕੇ ਆਪਾਂ ਡੋਗਰਪੂਸਾ ਹੀ ਜਿਹੜਾ ਜ਼ਿਆਦਾ ਰეკਮੈਂਡ ਕਰਦੇ ਹੁੰਨੇ ਆ ਤੇ ਤੁਸੀਂ ਵੀ ਦੱਸੋ ਭਰਾ ਤਕਰੀਬਨ ਜਿੰਨੀਆਂ ਵੀ ਆਪਣੀਆਂ ਗੀਤੀਆਂ ਵੈਰਾਈਟੀਆਂ ਵੈਰਾਈਟੀ ਆ ਨਾ ਆਪਣੇ ਸਾਰੇ ਕਿਸਾਨ ਭਰਾਵਾਂ ਨੇ ਤਕਰੀਬਨ ਲਾਤੀਆਂ ਤੇ ਕਿਹੜੀ ਕਿਹੜੀ ਵੈਰਾਈਟੀ ਲਾਈ ਆਪਣੇ ਕਿਸਾਨ ਭਰਾਵਾਂ ਨੇ ਜਰੂਰ ਦੱਸੋ ਕਮੈਂਟ ਕਰਕੇ ਭਰਾ ਤੇ ਬਾਕੀ ਆ ਦੇਖੋ ਆਪਣੇ ਸ਼ਾਮ ਨੂੰ ਜਿਹੜਾ ਮੋਟਰ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਿਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਚਾਰੇ ਪਾਸੇ ਜਿਹੜੀ ਹਰਿਆਲੀ ਹਰਿਆਲੀ ਹੈ ਨਾ ਤੇ ਆਹਾ ਹੈਗਾ ਆਪਣੇ ਮੋਟਰ ਦਾ ਜਿਹੜਾ ਸ਼ਾਮ ਦਾ ਮਾਹੌਲ ਤੇ ਸਾਰੇ ਭਰਾ ਜਰੂਰ ਦੱਸਿਓ ਨਾ ਵੀ ਬਾਕੀ ਕਿਹੜੀ ਵੈਰਾਈਟੀ ਇਸ ਵਾਰੀ ਜ਼ਿਆਦਾ ਲੱਗੀ ਆ ਕਿਉਂਕਿ ਜ਼ਿਆਦਾ ਆਪਾਂ ਜੇ ਦੇਖੀ ਹੈ ਨਾ ਆਪਣੇ ਜਿਹੜੀ ਮੱਕੀ ਦੀ ਫਸਲ ਹੋਣ ਕਰਕੇ ਜਾਦਾ ਛੱਬੀ ਤੇ ਜਿਹੜਾ ਬਾਸਪਤੇ ਜਿਆਦਾ ਲੱਗੂਗਾ ਤੇ ਬਾਕੀ ਜਿਹੜੀ ਗੇਤੀ ਵੈਰੈਟੀ ਆ ਨਾ ਕਿਹੜੀ-ਕਿਹੜੀ ਆਪਣੇ ਕਿਸਾਨ ਭਰਾਵਾਂ ਨੇ ਲਾਈ ਆ ਤੇ ਆਪੋ ਆਪਣੇ ਏਰੀਏ ਦੇ ਵਿੱਚ ਜ਼ਰੂਰ ਦੱਸਿਓ ਭਰਾ ਕਮੈਂਟ ਕਰਕੇ ਤੇ ਇਧਰਲੀ ਸਾਈਡ ਆਪਣੇ ਲੱਗੇ ਪਿਆ तकरीबन ਸਾਰੇ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਤੇ ਵਿੱਚ ਆਪਾਂ ਜਿਹੜੀ ਘਰ ਜੋਗੀ ਆ ਨਾ ਸਬਜ਼ੀ ਲਾਉਣੇ ਵਿਆਂ ਤੇ ਆਹ ਆਪਣਾ ਪਨੀਰੀ ਵਾਲਾ ਜਿਹੜਾ ਥਾਂ ਨਾ ਥੋੜੇ ਦਿਨ ਬਾਅਦ ਚ ਲੱਗਾ ਸੀ ਇਹ तकरीबन 20 ਕੀ ਤਰੀਕ ਦੇ ਕਰੀਬ ਲੱਗਿਆ ਵਾ ਤੇ ਉਹ ਬਾਕੀ ਜਿਹੜਾ ਝੋਨਾ ਆਪਣਾ ਆਹ ਸਾਰਾ ਹੀ ਹੈ ਨਾ ਇੱਧਰਲਾ ਇਹ ਤਕਰੀਬਨ 18 ਤਰੀਕ ਤੱਕ ਜਿਹੜਾ ਸਾਰਾ ਝੋਨਾ ਲੱਗ ਗਿਆ ਸੀਗਾ ਤੇ ਬਾਕੀ ਦੱਸਿਓ ਭਰਾ ਜਿਹੜੀ ਝੋਨੇ ਦੀ ਗਰੋਥ ਕਿਸ ਤਰ੍ਹਾਂ ਦੀ ਹੈ ਨਾ ਇੱਕ ਗੱਟਾ ਯੂਰੀਆ ਦਾ ਤੇ ਇੱਕ ਗੱਟਾ ਜਿਹੜਾ ਸਫਰ ਦਾ ਪਾਇਆ ਵੇ ਇਸ ਝੋਨੇ ਦੇ ਵਿੱਚ ਬਸ 2-4 ਦਿਨਾਂ ਤੱਕ ਜਿਹੜਾ ਦੂਜਾ ਗੱਟਾ ਇਹਦੇ ਤੇ ਵੀ ਮੋੜ ਦਾਂਗੇ ਤੇ ਜ਼ਰੂਰ ਦੱਸੋ ਕਮੈਂਟ ਕਰਕੇ ਪ੍ਰਾਹ ਨਾ ਵੀ ਕਿਸ ਤਰ੍ਹਾਂ ਦਾ ਲੱਗਿਆ ਜਿਹੜੇ ਗਰੋਥ ਕਿਸ ਤਰ੍ਹਾਂ ਦੀ ਹੈ ਜੇ ਕੋਈ ਕਮੀ ਪੇਸ਼ੀ ਹੋਈ ਉਹ ਵੀ ਜ਼ਰੂਰ ਦੱਸਿਓ ਪ੍ਰਾਹ ਜਿਉਂਦੇ ਵਾਸਤੇ ਰਹੋ